ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ 48 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਰਾਹਤ ਵਾਲੀ ਖਬਰ ਇਹ ਹੈ ਕਿ 3 ਪੀੜਤ ਮਰੀਜ਼ ਠੀਕ ਹੋ ਗਏ ਨੇ, ਜਿਨ੍ਹਾਂ ਵਿੱਚੋਂ 2 ਮਰੀਜ਼ ਲੁਧਿਆਣਾ ਤੇ 1 ਜਲੰਧਰ ਨਾਲ ਸੰਬੰਧਿਤ ਹੈ। ਲੁਧਿਆਣਾ ਵਿੱਚ ਹੁਣ ਸਿਰਫ 10 ਮਾਮਲੇ ਹੀ ਕੋਰੋਨਾ ਵਾਇਰਸ ਦੇ ਐਕਟਿਵ ਹਨ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਜੋ ਇੰਡਸਟਰੀ ਨੂੰ ਸ਼ੁਰੂ ਕਰਨ ਦੀ ਕਵਾਇਦ ਸੀ ਉਸ ਸੰਬੰਧੀ ਪ੍ਰਵਾਨਗੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਇੰਡਸਟਰੀ ਲਿਸਟ ਆਪਣੀਆਂ ਐਪਲੀਕੇਸ਼ਨਸ ਦੇ ਸਕਦੇ ਹਨ। ਲੁਧਿਆਣਾ ਵਿੱਚ ਅਸੀਂ 1161 ਸੈਂਪਲਸ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਹਦੇ ਵਿੱਚੋਂ 1117 ਸੈਂਪਲਾਂ ਦੀ ਰਿਪੋਰਟ ਸਾਨੂੰ ਪ੍ਰਾਪਤ ਹੋ ਚੁੱਕੀ ਹੈ। 1098 ਕੇਸ ਜਿਹੜੇ ਹੈਗੇ ਇਹਦੇ ਵਿੱਚੋਂ ਨੈਗੇਟਿਵ ਪਾਏ ਗਏ ਨੇ ਅਤੇ ਕੁੱਲ ਮਿਲਾ ਕੇ 19 ਕੇਸ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, ਜਿਹਦੇ ਵਿੱਚੋਂ 16 ਕੇਸ ਜਿਹੜੇ ਹੈਗੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ, 3 ਕੇਸ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਟਾਂ ਨਾਲ ਸੰਬੰਧਿਤ ਸੀਗੇ। ਹੁਣ ਤੱਕ 4 ਕੇਸਿਸ ਜਿਹੜੇ ਹੈਗੇ ਉਹ ਕਿਉਰਡ ਹੋ ਚੁੱਕੇ ਨੇ, 3 ਕੇਸਿਸ ਜਿਹੜੇ ਹੈਗੇ ਇਹਦੇ ਵਿੱਚੋਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਨੇ ਅਤੇ 1 ਕੇਸ ਜਿਹੜਾ ਹੈਗਾ ਉਹ ਜਲੰਧਰ ਨਾਲ ਸੰਬੰਧਿਤ ਹੈ। ਇਨਫੈਕਟ ਅੱਜ ਹੀ 3 ਕੇਸ ਜਿਹੜੇ ਹੈਗੇ ਉਹ ਕਿਉਰ ਹੋਏ ਨੇ, ਜਿਨ੍ਹਾਂ ਵਿੱਚੋਂ 2 ਲੁਧਿਆਣੇ ਨਾਲ ਸੰਬੰਧਿਤ ਨੇ ਅਤੇ 1 ਜਲੰਧਰ ਨਾਲ ਸੰਬੰਧਿਤ ਹੈ। ਤਾਂ ਕੁੱਲ ਮਿਲਾ ਕੇ ਹੁਣ ਐਕਟਿਵ ਕੇਸ ਜਿਹੜੇ ਹੈਗੇ ਉਹ ਕੁੱਲ ਮਿਲਾ ਕੇ ਕੇਵਲ ਲੁਧਿਆਣੇ 'ਚ 10 ਕੇਸਿਸ ਹੈਗੇ ਐਕਟਿਵ ਕੇਸਿਸ, ਕਿਉਂਕਿ 5 ਡੈਥ ਜਿਹੜੀਆਂ ਹੈ 5 ਡੈਥ ਹੋ ਚੁੱਕੀਆਂ ਨੇ, 4 ਕਿਉਰਡ ਹੋ ਚੁੱਕੇ ਨੇ, ਟੋਟਲ 19 ਪੇਸ਼ੈਂਟ ਸੀਗੇ। ਤਾਂ ਕੁੱਲ ਮਿਲਾ ਕੇ ਐਕਟਿਵ ਕੇਸ ਜਿਹੜੇ ਹੈਗੇ ਜ਼ਿਲ੍ਹਾ ਲੁਧਿਆਣਾ 'ਚ ਹੁਣ 10 ਹਨ, ਜਿਹਦੇ ਵਿੱਚੋਂ 9 ਪੇਸ਼ੈਂਟ ਜਿਹੜੇ ਹੈਗੇ ਲੁਧਿਆਣਾ ਵਿੱਚ ਐਡਮਿਟ ਨੇ ਔਰ 1 ਪੇਸ਼ੈਂਟ ਜਿਹੜਾ ਹੈਗਾ ਇਸ ਵੇਲੇ ਉਹ ਫਿਰੋਜ਼ਪੁਰ 'ਚ ਐਡਮਿਟ ਹੈਗਾ। ਜਿਵੇਂ ਗਵਰਨਮੈਂਟ ਵੱਲੋਂ ਕੁਛ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ ਵੱਲੋਂ ਦਿੱਤੀਆਂ ਗਈਆਂ ਸਨ, ਉਹਦੇ ਵਿੱਚ ਇੰਡਸਟਰੀਆਂ ਨੂੰ ਸਪੈਸ਼ਲ ਤੌਰ 'ਤੇ ਰਿਲੈਕਸੇਸ਼ਨ ਦਾ ਕੰਮ ਜਿਹੜਾ ਸੀਗਾ ਜਾਂ ਪਰਮਿਸ਼ਨ ਦੇਣ ਦਾ ਕੰਮ ਜਿਹੜਾ ਸੀਗਾ ਉਹ ਅੱਜ ਚਾਲੂ ਹੋ ਗਿਆ ਹੈਗਾ। ਇੰਡਸਟਰੀ ਡਿਪਾਰਟਮੈਂਟ ਵੱਲੋਂ ਆਪਣਾ ਇਨਵੈਸਟ ਪੰਜਾਬ ਦਾ ਜਿਹੜਾ ਪੋਰਟਲ ਹੈਗਾ ਉਸ ਪੋਰਟਲ ਦੇ ਰਾਹੀਂ ਐਪਲੀਕੇਸ਼ਨਾਂ ਲੈ ਕੇ ਇੰਡਸਟਰੀਲਿਸਟਾਂ ਤੋਂ ਐਪਲੀਕੇਸ਼ਨ ਲੈ ਕੇ ਜਿਹੜੇ ਵੀ ਇੰਡਸਟਰੀਲਿਸਟ ਉਹ ਕੰਡੀਸ਼ਨਾਂ ਨੂੰ ਫੁਲਫਿਲ ਕਰਦੇ ਹਨ ਉਹਨਾਂ ਨੂੰ ਪਰਮਿਸ਼ਨ ਦੇਣ ਦਾ ਕੰਮ ਜਿਹੜਾ ਹੈਗਾ ਉਹ ਅੱਜ ਤੋਂ ਚਾਲੂ ਕਰ ਦਿੱਤਾ ਹੈਗਾ। ਕੇਵਲ ਉਹ ਕੇਵਲ ਉਹਨਾਂ ਇੰਡਸਟਰੀਆਂ ਨੂੰ ਹੀ ਪਰਮਿਸ਼ਨ ਜਿਹੜੀ ਹੈਗੀ ਦਿੱਤੀ ਜਾਵੇਗੀ, ਜਿਹੜੀ ਕਿ ਜਾਂ ਤਾਂ ਇੰਡਸਟਰੀਅਲ ਕੁਆਰੰਟੀਨ ਫੈਸਿਲਿਟੀ ਆਪਣੇ ਵਰਕਰਸ ਵਾਸਤੇ ਪ੍ਰੋਵਾਈਡ ਕਰਨਗੀਆਂ ਜਾਂ ਫਿਰ ਉਹਨਾਂ ਦੇ ਵਾਸਤੇ ਕੋਈ ਟਰਾਂਸਪੋਰਟ ਫੈਸਿਲਿਟੀ ਜਿਹੜੀ ਹੈਗੀ ਆਪਣੇ ਪੱਧਰ 'ਤੇ ਪ੍ਰੋਵਾਈਡ ਕਰਨਗੀਆਂ। ਔਰ ਉਹਨਾਂ ਨੂੰ ਇਸ ਦੇ ਨਾਲ ਨਾਲ ਜਿਹੜਾ ਹੈਲਥ ਡਿਪਾਰਟਮੈਂਟ ਵੱਲੋਂ ਗਵਰਨਮੈਂਟ ਆਫ ਪੰਜਾਬ ਵੱਲੋਂ ਜੋ SOP ਜਾਰੀ ਕੀਤਾ ਗਿਆ ਹੈਗਾ, ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕੁਛ ਕੰਸਟਰਕਸ਼ਨ ਪ੍ਰੋਜੈਕਟ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਵੀ ਸਾਡੇ ਕੋਲ ਰਿਕੁਐਸਟ ਜਿਹੜੀਆਂ ਹੈਗੀਆਂ ਆਈਆਂ ਸਨ, ਉਹਦੇ ਵਿੱਚੋਂ ਅਸੀਂ ਜਿਹੜੇ ਨੈਸ਼ਨਲ ਹਾਈਵੇ ਦੇ 5 ਪ੍ਰੋਜੈਕਟ ਹੈਗੇ ਸਾਡੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ, ਜਿਹੜਾ ਲੁਧਿਆਣੇ 'ਚ ਕੰਮ ਚੱਲ ਰਹੇ ਸੀਗੇ, ਉਹਨਾਂ ਨੂੰ ਅਸੀਂ ਅੱਜ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਹੈਗੀ। ਐਲੀਵੇਟਿਡ ਰੋਡ, ਜਲੰਧਰ ਬਾਈਪਾਸ, ਲਾਡੋਵਾਲ ਬਾਈਪਾਸ, ਲੁਧਿਆਣਾ ਖਰੜ ਰੋਡ ਅਤੇ ਲੁਧਿਆਣਾ ਜਗਰਾਓਂ ਫਿਰੋਜ਼ਪੁਰ ਜਿਹੜੀ ਸੜਕ ਹੈਗੀ, ਇਹਨਾਂ ਦੇ ਅੱਜ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਗਈ ਹੈਗੀ। ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਜ਼ ਵੱਲੋਂ ਜਿਹੜੀਆਂ ਰਿਕੁਐਸਟ ਆਈਆਂ ਸੀਗੀਆਂ ਉਹਨਾਂ ਨੂੰ ਅਸੀਂ ਮੰਨ ਲਿਆ ਹੈਗਾ, ਲੇਕਿਨ ਉਹਨਾਂ ਨੂੰ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਸਾਰਾ ਦਾ ਸਾਰਾ ਲੇਬਰ ਜਿਹੜੀ ਹੈਗੀ ਉਹਨਾਂ ਨੂੰ ਉਹਨਾਂ ਨੇ ਕੁਆਰੰਟੀਨ ਕਰਕੇ ਰੱਖਣਾ ਹੈਗਾ, ਕੋਈ ਵੀ ਮੂਵਮੈਂਟ ਜਿਹੜੀ ਹੈਗੀ ਨਾ ਹੋਣ ਦਿੱਤੀ ਜਾਵੇ ਅਤੇ ਹੈਲਥ ਵੱਲੋਂ ਜਿਹੜੀ ਗਾਈਡਲਾਈਨਸ ਦਿੱਤੀਆਂ ਗਈਆਂ ਹਨ ਉਹ ਗਾਈਡਲਾਈਨਸ ਦੀ ਉਹਨਾਂ ਵੱਲੋਂ ਪਾਲਣਾ ਕਰਨੀ ਹੋਵੇਗੀ।